ਹਾਂਜੀ ਸਟੂਡੈਂਟਸ ਅੱਜ ਮੈਂ ਤੁਹਾਨੂੰ ਪਾਰਟ 1 ਕੁਐਸ਼ਨਸ ਕਰਵਾਉਣ ਜਾ ਰਹੀਆਂ ਹਾਂ ਜੋ ਕਿ ਟੌਪਿਕ ਨਿਊਲੀ ਐਡ ਹੋਏ ਨੇ ਮੇਟਵਰਕ ਅਸਟ ਲਿਸਟ ਦੇ ਵਿੱਚ 2023 ਸੋ ਟੌਪਿਕ ਹੈ ਜੀ ਫਰੈਂਡਸ ਦੇ ਉੱਤੇ ਫਰੈਂਡਸ ਦੇ ਰਿਲੇਟਡ ਕੁਐਸ਼ਨ ਪੁੱਛੇ ਗਏ ਨੇ ਟੂ ਕੁਐਸ਼ਨਸ ਹੀ ਐਡ ਹੋਏ ਨੇ ਕਿ ਫਰੈਂਡਸ ਕਿੰਨੇ ਕੁ ਇੰਪੋਰਟੈਂਟ ਨੇ ਠੀਕ ਹੈ ਸੈਕਿੰਡ ਕੁਐਸ਼ਨ ਰਿਲੇਟਡ ਟੂ ਹੈ ਕਿ ਤੁਸੀਂ ਅਕਸਰ ਉਹਨਾਂ ਦੇ ਨਾਲ ਹੈਂਗ ਆਊਟ ਕਰਦੇ ਹੋ ਲਾਈਕ ਕਿਤੇ ਬਾਹਰ ਘੁੰਮਣ ਫਰੈਂਡਾਂ ਨਾਲ ਸੋ ਇਹ ਜਿਹੜੇ ਟੌਪਿਕਸ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਸੋ ਸਿੰਪਲ ਜੇ ਤੁਸੀਂ ਇਹਨਾਂ ਦੇ ਵਿੱਚ ਜਿਹੜੇ ਪਾਰਟ 1 ਦੇ ਆਨਸਰ ਏਟ ਲੀਸਟ 2 ਤੋਂ 3 ਲਾਈਨਸ ਦੇ ਵਿੱਚ ਆਨਸਰ ਦੇਣਾ ਹੁੰਦਾ ਐ ਐਂਡ ਆਨਸਰ ਉਸੇ ਤਰ੍ਹਾਂ ਦਾ ਦਿਆ ਕਰੋ ਫਰਸਟ ਕੁਐਸਚਨ ਦਾ ਜੇ ਫਰਸਟ ਕੁਐਸਚਨ ਦੇ ਵਿੱਚ ਜਿਸ ਚੀਜ਼ ਬਾਰੇ ਤੁਹਾਨੂੰ ਨੌਲੇਜ ਹੈ ਸੋ ਇਹ ਨਾ ਹੋਵੇ ਤੁਸੀਂ ਹਰੇਕ ਤੇ ਯੈਸ ਯੈਸ ਕਰਦੇ ਜਾਓ ਕਿਉਂਕਿ ਨੈਕਸਟ ਕੁਐਸਚਨ ਐਗਜ਼ਾਮੀਨਰ ਤੁਹਾਨੂੰ ਤੁਹਾਡੇ ਆਨਸਰ ਦੇ ਬਿਹਾਫ ਤੇ ਹੀ ਨੈਕਸਟ ਕੁਐਸਚਨ ਪੁੱਛੇਗਾ ਸੋ ਸਟਾਰਟ ਕਰਦੇ ਆ ਜੀ ਅੱਜ ਦੀ ਕਲਾਸ ਮੈਂ ਹਰਪ੍ਰਿੰਦਰ ਕੌਰ ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ ਫਰਸਟ ਕੁਐਸਚਨ ਆ ਹਾਊ ਇੰਪੋਰਟੈਂਟ ਆਰ ਫਰੈਂਡਸ ਟੂ ਯੂ ਫਰੈਂਡਸ ਤੁਹਾਡੇ ਲਈ ਕਿੰਨੇ ਇੰਪੋਰਟੈਂਟ ਨੇ ਬੀਇੰਗ ਅ ਸੋਸ਼ਲ ਬਟਰਫਲਾਈ ਜਿਵੇਂ ਕਿ ਕਹਿੰਦੇ ਇੱਕ ਮੈਂ ਸੋਸ਼ਲ ਬਟਰਫਲਾਈ ਹਾਂ ਸੋਸ਼ਲ ਬਟਰਫਲਾਈ ਦਾ ਮਤਲਬ ਜਿੰਨੂੰ ਲਾਈਕ ਦੂਸਰਿਆਂ ਦੇ ਨਾਲ ਗੱਲਬਾਤ ਕਰਨਾ ਸੋਸ਼ਲਾਈਜ਼ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਆਈ ਹੈਵ ਗੁੱਡ ਫਰੈਂਡ ਸਰਕਲ ਐਂਡ ਦੇ ਮੈਟਰਸ ਟੂ ਮੀ ਅ ਲੋਟ ਤੇ ਉਹ ਮੇਰੇ ਲਈ ਕਾਫੀ ਮਾਇਨੇ ਰੱਖਦੇ ਨੇ ਐਸ ਦੇ ਆਲਵੇਸ ਸਟਿਕ ਬਾਈ ਮਾਈ ਸਾਈਡ ਇਨ ਮਾਈ ਥਿਕ ਐਂਡ ਥਿਨ ਸਿਚੁਏਸ਼ਨਸ ਕਿਉਂਕਿ ਉਹ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ ਮੇਰੀਆਂ ਖੁਸ਼ੀ ਆ ਤੇ ਤੁਸੀਂ ਕਹਿ ਸਕਦੇ ਹੋ ਵੀ ਜਿਹੜੀਆਂ ਗੁੱਡ ਐਂਡ ਬੈਡ ਸਿਚੁਏਸ਼ਨਸ ਦੇ ਵਿੱਚ ਥਿੱਕਨ ਥਿੱਨ ਹੁੰਦਾ ਗੁੱਡ ਐਂਡ ਬੈਡ ਸਿਚੁਏਸ਼ਨ ਸੈਕੰਡ ਕੁਐਸਚਨ ਹੈ డు ਯੂ ਆਫਨ ਗੋ ਆਊਟ ਵਿਦ ਯਰ ਫਰੈਂਡਸ ਕੀ ਤੁਸੀਂ ਅਕਸਰ ਆਪਣੇ ਫਰੈਂਡਸ ਦੇ ਨਾਲ ਬਾਹਰ ਜਾਂਦੇ ਹੋ ਐਕਚੁਅਲੀ ਹੈਵਿੰਗ ਅ ਬਿਜ਼ੀ ਸਕੈਡਿਊਲ ਡਿਊ ਟੂ ਮਾਈ ਵਰਕ অর ਸਟੱਡੀ ਜੋ ਜੀਟੀ ਸਟੂਡੈਂਟ ਹੈ অর ਵਰਕ ਕਰ ਰਹੇ ਨੇ ਜੋ ਅਕੈਡੈਮਿਕ ਨੇ অর ਸਟੱਡੀ ਆਈ ਡੋਨਟ ਗੈਟ ਇਨਫ ਟਾਈਮ ਟੂ ਸਪੈਂਡ ਵਿਦ ਮਾਈ ਕੰਪੈਨੀਅਨਸ ਬਟ ਓਕੇਜਨਲੀ ਕਦੇ ਕਦੇ ਓਕੇਜਨਲੀ ਹੁੰਦਾ ਕਦੇ ਕਦੇ ਵੈਨ ਆਈ ਹੈਵ ਹੌਲੀਡੇਜ਼ ਐਟ that ਟਾਈਮ ਵੀ ਗੈਟ ਟੂਗੇਦਰ ਫਾਰ ਆਊਟਿੰਗ ਉਸ ਸਮੇਂ ਕਹਿੰਦੇ ਅਸੀਂ ਕੀ ਆ ਆਊਟਿੰਗ ਦੇ ਲਈ ਜਾਂਦੇ ਹਾਂ ਜਦੋਂ ਮੇਰੇ ਕੋਲ ਫ੍ਰੀ ਟਾਈਮ ਹੋਵੇ ओके फ्रेंड्स एसी ਅਸ ਦੇ ਪਾਰਟ 1 ਦੇ ਟਾਪਿਕ ਕਾਫੀ ਇੰਪੋਰਟੈਂਟ ਨੇ ਸੋ ਜਿਹੜੇ ਵੀ ਬੱਚੇ ਦਾ ਐਗਜ਼ਾਮ ਬੁੱਕ ਕੀਤਾ ਹੋਇਆ ਜਾਂ ਜਿਨ੍ਹਾਂ ਨੇ ਕਰਨਾ ਹੈ ਤਾਂ ਇਹਨਾਂ ਟਾਪਿਕਸ ਨੂੰ ਜ਼ਰੂਰ ਪ੍ਰਪੇਅਰ ਕਰ ਲਓ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ